काशी छोटी उम्र किन्नी उम्र है 18 साल ते पंजवा उम्र पाउण लगे प्रैशर बहुत ही दिमाग उपर ते सामने पर ओ खड़ा सीगा जिहदे कोल तेरी उम्र जिन्ना तैयार पर रखिया होया उहने कल कल देखे ने ते की दिमाग विच प्रैशर लेके चलिया सीगा यार उम्र पाउणा मार ते प्रैशर नहीं सी वीरे ने कहा सीगा वी आदा टप्पा सैट सी ओके ओके ते दो बारो तीन बार तक मुंडा रोकना प्रैशर दिमाग ते बहुत ज्यादा सीगा भाई टीम ने कही कोई नहीं प्रैशर नहीं लेना वधिया आराम नाल दा जिवें पिंड लई वधिया ओवर लाउने ओवे लाउणा ओके ओके हरजीत बारदी कने शूटर ते आ गया है हां हाकी दा बहुत बड़ी क्रिकेट है हां तलविंदर हवीदी ते रोल दा मिलना कर और अज एक गल ने किरण सॉरी ठीक है कह के कोई सीरियल जगह चेंज कर ले तेरा भरा बन के वीर वलो 4100 दी नगद राशि ने किया जा रहा है बहुत बड़ा वो भी वो अपना सम्मान करेंगे ना आवे जी ते तू बाहर सत श्री अकाल दोस्तों मैं थोड़ा अपना वीरू गुरु जी अज आप पहुंचे जी फिर एक बार फिर नवा ब्लॉग लैके नवा पिंड गालब कला साढ़े भरा सतनाम भाई होनी अख्तर भाई होनी मास्टर जी होनी उन्हें भरावान का विशेष तौर पर बड़ा ताना छोटा वीर साडा कमल होनी वो भरावान का मेला चलता गालब कला बहुत सोहना ग्राउंड का व्यू भी हैगा वा तो प्रबंध भी इतने रोल का टूरनामेंट है पहला टूरनामेंट बाघा पुराना दसांझा का खेडिया गया वा तो मिलावे बड़े नरोल पद्धर के बड़े बड़े स्टार प्लेयर जेडे भी भरा नरोल प्रमोट करना करते हैं प्रमोट करना चाहते ब्लॉग में जरूर शेयर करो भरा बने बहुत सोहना मैच खेडिया साफूवाल की टीम ने धनवंत ने बहुत बड़ी कमाल किया बिल ने कमाल की जो 6 वाला भी छोटी उम्र का नौजवान सीगा खिलाड़ी बहुत बड़ा प्रेशर भी होंगे चीज़ों का तू उम्र लाई को ला आ जाओ रे माड़ा जहा कि मनताज है ना 6 वाला 20 रन बहुत बड़ा मतलब मुंडा रोकना प्रेशर दिमाग से बहुत ज्यादा सीगा भाई टीम ने कही कोई नहीं प्रेशर नहीं लेना वधिया आराम नाल दा जिवें पिंड लई वधिया ओवर लाउने ओवे लाउणा ओके ओके हरजीत बारदी कने शूटर ते आ गया है हां हाकी दा बहुत बड़ी क्रिकेट है हां तलविंदर हवीदी दिन रोल दा मिलना करा रहे गल वाले भरा बहुत बड़ा धन्यवाद है उधरली साइड काली भरा सदा फिर सबवा बड़ा इदा सरमान भाई नहीं मैं ਲੋਕ ਕੀ ਤਾਇਆ ਬਹੁਤ ਵੱਡਾ ਧੰਨਵਾਦ ਹੈ ਹਾਂਜੀ ਅੱਜ ਦੇ ਤੌਰ ਤੇ ਧੰਨਵਾਦ ਕਰਦੇ ਆ ਪ੍ਰਦਰਸ਼ਨ ਵਧੀਆ ਕਰੂਗਾ ਤੇ ਗਾਲਬ ਕਲਾਂ ਵਾਲੇ ਪ੍ਰਬੰਧਾਂ ਬਾਰੇ ਦੋਸ਼ ਹਾਂ ਦੂਜੀ ਪ੍ਰਬੰਧਕ ਕਮੇਟੀ ਦੀ ਕਮੇਟੀ ਲੱਗੀ ਸੀ ਜਿਹੜਾ ਕਹਿੰਦੇ ਉਹ ਸਰਮਾਨ ਬੰਦੋ ਬੜਾ ਵਈ ਵਾਹ ਬੜੇ ਪੁਰਾਣੇ 올ਡ ਜ ਗੋਲਡ ਸਟਾਰ ਅਜ ਦੇਖਣ ਨੂੰ ਮਿਲਦੇ ਪਏ ਆ ਐਨ ਬੜੇ ਪੁਰਾਣੇ ਖਿਡਾਰੀ ਸਾਡੇ ਹੁੰਦੇ ਕੀ ਹਾਲ ਚਾਲ ਵੀਰੇ ਵਧੀਆ ਜੀ ਤੇ ਬੜਾ ਚੰਗਾ ਲੱਗਿਆ ਤੁਹਾਡੀ ਟੀਮ ਦੇਖ ਕੇ ਬਹੁਤ ਬਲੀਆ ਬਹੁਤ ਟਾਈਮ ਤੋਂ ਤੁਹਾਡੀ ਟੀਮ ਨੂੰ ਦੇਖਦੇ ਆਏ ਆ ਤੇ ਅੱਜ ਕਾਫੀ ਸਮੇਂ ਬਾਅਦ ਸਾਨੂੰ ਮਿਲੇ ਆ ਦਰੋਲ ਦੇ ਮੇਲੇ ਉੱਪਰ ਤੇ ਕੀ ਕਹਿੰਦੇ ਨਰੋਲ ਦੇ ਮੇਲੇ ਤੇ ਦੋ ਬਾਰੋਂ ਇੱਕ ਬਾਰੋਂ ਜਿਹੜਾ ਅੱਜਕੱਲ ਕ੍ਰੇਜ਼ ਚੱਲਦਾ ਪਿਆ ਕੀ ਕਹਿਣਾ ਚਾਹੋਗੇ ਯਾਰ ਨਰੋਲ ਸਹੀ ਆ ਬਾਈ ਕਿਉਂਕਿ ਐ ਪਿੰਡ ਦੀ ਟੀਮ ਰਹਿ ਜਾਂਦੀ ਆ ਇੱਕ ਵਾਰ ਦੋ ਬਾਰ ਉਹੀ ਦੋ ਦੋ ਤਿੰਨ ਤਿੰਨ ਓਵਰ ਦਿੰਦੇ ਵੀ ਖੇਡ ਤੇ ਖਤਮ ਉਹੀ ਖੇਡ ਜਾਂਦੇ ਪਏ ਸਾਰ ਉਹੀ ਜੀ ਰਹਿਣਾ ਪਿੰਡ ਦਾ ਕਿਹੜਾ ਖੇਡ ਲੂਗਾ ਨਵਾਂ ਜਿੱਥੇ ਅੱਜ ਇੱਕ ਬਹੁਤ ਵੱਡਾ ਕ੍ਰੇਜ਼ ਚੱਲਦਾ ਦੋ ਬਾਰੋਂ ਦਾ ਤਿੰਨ ਬਾਰੋਂ ਦਾ ਕ੍ਰੇਜ਼ ਚੱਲਦਾ ਉੱਥੇ ਗਾਲਬ ਕਲਾਂ ਨੇ ਨਰੋਲ ਕਰਾਉਣ ਬਾਰੇ ਪਹਿਲ ਦਿੱਤੀ ਆ ਗਾਲਬ ਕਲਾਂ ਦੀ ਕਮੇਟੀ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਚੀਜ਼ ਆ ਵੀਰੇ ਪਿੰਡ ਦੇ ਆਉਂਦੇ ਆ ਨਵੇਂ ਬੰਦੇ ਉੱਠਦੇ ਆ ਸਾਰੇ ਖੇਡ ਦੇ ਮੌਕਾ ਸਾਰਿਆਂ ਨੂੰ ਮਿਲਦਾ ਵਾ ਇੱਥੇ ਦੇ ਪਲੇਅਰ ਉੱਠਣਗੇ ਹੋਰ ਨਰੋਲ ਚਲੋ ਠੀਕ ਹੈ ਥੈਂਕ ਯੂ ਵੈਰੀ ਮਚ ਵੀਰੇ ਬੈਸਟ ਆਫ ਲੱਕ ਤੇ ਨਰੋਲ ਦਾ ਮੇਲਾ ਚੱਲਦਾ ਵੀ ਤੇ ਪੂਰੀ ਕਲੀਅਰਾਂ ਨੂੰ ਨਾਮ ਮਿਲੇ ਜਾਵੇ ਚੰਗੀ ਗੱਲ ਨਹੀਂ ਹੁੰਦੀ ਪੂਰੀ ਕੀ ਹਾਲ ਚਾਲ ਹੈ ਪਹਿਲਾਂ ਦੱਸੋ ਗਾਲਬ ਕਲਾਂ ਦੀ ਜਿਹੜੀ ਕਮੇਟੀ ਨੇ ਨਰੋਲ ਨੂੰ ਪਹਿਲ ਦਿੱਤੀ ਹੈ ਜੇ ਸਵਾਲ ਲੈਣ ਵਾਸਤੇ ਲੋਕ ਭਾਲਦੇ ਦੋ ਤਿੰਨ ਬਾਰੋਂ ਤੁਸੀਂ ਕਮੇਟੀ ਨੂੰ ਕੀ ਕਹਿੰਦੀ ਦਾ ਤੇ ਨਰੋਲ ਦੇ ਬਾਰੇ ਕੀ ਕਹਿਣਾ ਚਾਹੋਗੇ ਨਰੋਲ ਵੀਰੇ ਟੂਰਨਾਮੈਂਟ ਵਧੀਆ ਹੋਣਾ ਚਾਹੀਦਾ ਹੁਣ ਜਿਵੇਂ ਮੇਰੇ ਨਾਲ ਸਾਰੇ ਜਵਾਕ ਆਣ ਵੀ ਆਪਾਂ ਦੋ ਬਾਰੋਂ ਜੇ ਬਹਿ ਕੇ ਮੜਾਇਆ ਕਰਨਗੇ ਹੁਣ ਵਿੱਚ ਖੇਡਦੇ ਤੇ ਕਮੇਟੀ ਵੀਰੇ ਸਲਾਹਾਂ ਜੋ ਕਦਮ ਕੀ ਕਰੋਗੇ ਕਮੇਟੀ ਵਾਲੇ ਕਮੇਟੀ ਵੀਰੇ ਥੋੜੇ ਟਾਈਮ ਬਾਅਦ ਇਹਨਾਂ ਨੇ ਟੂਰਨਾਮੈਂਟ ਕਰਾਇਆ ਵਾ ਪਹਿਲਾਂ ਅੱਜ ਤੋਂ 3-4 ਸਾਲ ਪਹਿਲਾਂ ਟੂਰਨਾਮੈਂਟ ਵਧੀਆ ਗਰਾਊਂਡ ਆ ਜਿਹੜੀ ਏਰੀਆ ਦੀ ਵਧੀਆ ਹੀ ਕਰਾਉਂਦੇ ਆ ਯਾਰ ਹਾਂ ਯਾਨੀ ਕਿ ਆਏ ਨਹੀਂ ਹੈਗਾ ਕਿਸੇ ਦਾ ਪੱਖਪਾਤ ਨਹੀਂ ਕਰਦੇ ਟੂਰਨਾਮੈਂਟ ਵਧੀਆ ਹੀ ਕਰਾਉਂਦੇ ਥੈਂਕ ਯੂ ਹਾਂਜੀ ਇਹਨਾਂ ਨੂੰ ਤਾਂ ਜ਼ਰੂਰ ਟੀਮ ਲੋ ਜੀ ਆਪਾਂ ਤੁਹਾਨੂੰ ਮਿਲਾਵਾਂਗੇ ਲਾਈਵ ਦੀ ਦੁਨੀਆ ਦਾ ਮੁੰਡਾ ਵੱਡਾ ਮੱਲ ਬੰਦਾ ਜਾ ਰਿਹਾ ਡੈਨੀਅਲ ਮੋਗੇ ਵਾਲਾ ਥੋੜੇ ਸਮੇਂ ਵਿੱਚ ਮੁੰਡਾ ਨਾਮ ਬਣਾਉਂਦਾ ਵਧੀਆ ਡੈਨੀਅਲ ਕੀ ਹਾਲ ਚਾਲ ਹੈ ਮੋਗੇ ਦੀ ਸ਼ਾਨ ਆ ਕਾਸਕੋਡ ਮੋਗਾ ਹਨਾ ਲਾਈਵ ਹੋ ਰਹੀ ਆ ਤੇ ਨਰੋਲ ਦਾ ਮੇਲਾ ਕਰ ਲਾਈਵ ਕਰਦੇ ਪਏ ਲੋਕ ਦੋ ਦੋ ਵਾਰ ਉਹ ਸਵਾਦ ਭਾਲ ਦੇ ਹੁੰਦੇ ਆ ਕੋਈ ਕਮੈਂਟ ਵਗੈਰਾ ਤਾਂ ਨਹੀਂ ਆਉਂਦੇ ਵੀ ਯਾਰ ਨਰੋਲ ਦੀ ਸਵਾਦ ਨਹੀਂ ਆ ਰਿਹਾ ਵਧੀਆ ਟੂਰਨਾਮੈਂਟ ਹੈ ਵੀਰੇ ਅੱਜ ਦੇ ਬਹੁਤ ਹੀ ਗੱਲ ਬਣਾ ਨੇ ਵਧੀਆ ਟੂਰਨਾਮੈਂਟ ਨਰੋਲ ਦਾ ਬਹੁਤ ਵਧੀਆ ਸੋਚ ਆ ਕਿਉਂਕਿ ਟੂਰਨਾਮੈਂਟ ਹੋਣੇ ਚਾਹੀਦੇ ਜ਼ਿਆਦਾ ਨਰੋਲ ਦੇ ਹੀ ਹੋਣੇ ਚਾਹੀਦੇ ਬਾਹਰ ਵਾਲਿਆਂ ਚ 31000 ਪ੍ਰਾਈਜ਼ ਹੁੰਦਾ ਬਾਜਦਾ ਕੁਛ ਨਹੀਂ ਪਿੰਡ ਦੇ ਬੰਦਿਆਂ ਨੂੰ ਉਹ 20000 15000 ਬਾਹਰ ਲੈ ਜਾਂਦੇ ਆ ਉਹੀ 10000 ਪੱਲੇ ਪੈਂਦਾ ਤੇ ਕੱਪ ਪੱਲੇ ਪੈਂਦੇ ਠੀਕ ਹੈ ਥੈਂਕ ਯੂ ਵੈਰੀ ਮਚ ਸ਼ੁਕਰੀਆ ਧੰਨਵਾਦ ਜੀ ਸੰਗਵਾਂ ਦੀ ਧਰਤੀ ਦਾ ਜਿਹੜੇ ਵੀਰ ਦਾ ਸਨਮਾਨ ਸਮੁੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਦੇ ਮੇਲੇ ਉੱਪਰ ਵੱਡੇ ਪੱਧਰ ਤੇ ਕੀਤਾ ਜਾਣਾ ਬਹੁਤ ਵੱਡਾ ਧੰਨਵਾਦ ਹੈ ਪਰ ਇਧਰਲੀ ਸਾਈਡ ਇੱਕ ਟਾਪ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਲਓ ਜੀ ਭਰਾ ਸਾਡਾ ਕਾਲੀ ਆ ਕਹਿੰਦੇ ਬੇਸ਼ੁਸ਼ ਸਿੰਧੂ ਵਾਲਾ ਜਿਹੜੇ ਭਰਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਵੱਡਾ ਧੰਨਵਾਦ ਕਰਦੇ ਆ ਵੀਰ ਦਾ
लो जी टाइया पा लगे भरा सा अख्तर भाजी टाइया पीने जा रही छोटी उम्र किन्नी उम्र अठारह साल अठारह साल पाउन लगे प्रेशर बहुत ही दिमाग उपर सामने पर खड़ा सी जी को तेरी उम्र जिन्ना तैयार पर रखे हो कल कल निके ने दिमाग में प्रेशर लेके चलिया यार उबर पाना मारते ओके दो बार तीन बार उनका क्रेज है टूरनामेंटा लोगों के जिते कि तुहाडे वर्गे प्लेयर नूं मौके ही नहीं मिलता अज्ज गालिब कलां ने रोल का टूरनामेंट कराया जे यही दो बार होंगे तेरा ओवर पैना नहीं सीगा है ना पक्की गल है ना तो नरोल दे तेरा ओवर पिया तो नरोल नूं ज्यादा पहल देनी चाहिए कमेटियां नूं ते धन्नवाद तेरा बहुत बहुत दो सौ रुपया सम्मान किया बहुत बड़ा मुबारक है पहला मत आई जिंदगी का चलो मुबारक बहुत बहुत दो सौ नहीं दो लख जिते ठीक है शिंगार बन गए शाम तक पता लगेगा जेडे भरा मेहनत करके शाम तक जित के लेके जाने वाकई बहुत वड्डा नाम है बहुत वड्डी मुबारकबाद कहते भाई मनिंदर दा कहते सम्मान कमेटी वालों सम्मान किया गया वा 500 रुपए विशेष तौर से सम्मान किया छोटी उम्र का वड्डा मल नरोल दे वड्डे कप लो जी बड़िया कहने सोहनिया ट्रॉफिया बनाईया भरावान के छे छे फुटा के कप के नाल जिहड़ा कहने सम्मान होना सैम सेवर का नाल कहने राजा भाई कबड्डी बलिया वाला सारे भरावान का ऑर्गेनाइजर किहड़े घर का शिकार बन गए कप बहुत सारिया ट्रॉफिया बनाईया भरावान ने देखो विशेष सम्मान कहते प्रबंधक कमेटी वालों किए जा रहे हैं मेरे वीरे बहुत तगड़ा मुकाबला खेडे आ रहे हैं सम्मान किया जा रहा छे फुटे कप के नाल पूरी पूरी प्रबंधकी कमेटी वालों का प्यारा वीर राजा तलवंडी मलिया साडा वीर है कहते बबू कहते जसू भरा साडा किशन पुरिया सम्मान किया जा रहा है ट्रॉफी सामने कर गया कमाल इधरले पासे वेखा गए आम मुंडा अंडर का खिलाड़ी है गोनी कहता भी फाला माना वीर ते हाँ संधू भाई एक गल पक्की है जे कि खुशहाल ने किला पड़ दा सिकंदर आए मेले उपर वाशिंग मशीन ने किया यार एक बार ताड़ी मारो जोरदार प्रबंधक कमेटी को बेनती है कि सनी बरार का मोगे वाले सनी का सम्मान जोड़ा कहते वाशिंग मशीन ने किया जा रहा है उन्होंने फादर साहब जोड़े चेचे तौर पर आए हुए असं वा धनवाद कर डॉक्टर चरणजीत सिंह जी वह भी विशेष तौर पर आए हैं उधरली साइड रामगढ़ भुलर पिंड सोनू बाई का सम्मान जोड़ा समुचे प्रबंधक कमेटी वालों किया जा रहा यार जो सम्मान देकर ताड़ी मार दिया करो नाम स्वाद आ रहा मेले का सवाल आना मेले का पूरा लाने छके लागे पूरे ठंड आंदी है पूरी है की कहना चाहेंगे मेले बार दो शब्द ठीक है चौथा प्राइज ठीक है जी चौथा प्राइज है बहुत बड़ा धन्यवाद है चौथा प्राइज करते पे चौथा एक ताड़ी जोरदार मारो मेरे वीरो बहुत वड्डा मेला जिहड़ा कहिंदे नगर दे विच करवाता वड्डी मुबारक समुचे नगर नूं
ਕਿਉਂਕਿ ਜਿਹੜੀ ਗਾਨਵਗਰਾਂ ਦੀ ਕ੍ਰਿਕਟ ਦੀ ਟੀਮ ਹੈ ਪੰਜਾਬ ਦੇ ਵੱਡੇ ਖੇਡ ਮੇਲੇ ਖੇਡਦੀ ਹੈ ਤੇ ਕਈ ਮੇਲਿਆਂ ਦੇ ਜੇਤੂ ਬੜੇ ਮੁੰਡੇ ਕਦੇ ਐਲੜੀਆਂ ਕਦੇ ਵਾਸ਼ ਮਸ਼ੀਨਾਂ ਜਿੱਤ ਕੇ ਵੱਖਰੀ ਛਾਪ ਛੱਡਦੇ ਆ ਔਰ ਉਧਰਲੀ ਸਾਈਡ ਵੱਡਾ ਮੇਲਾ ਵੀ ਇਹਨਾਂ ਰੋਲ ਦਾ ਕਰਵਾ ਦਿੱਤਾ ਖੇਡੇ ਫਤਿਹਗੜ੍ਹ ਗੁਰੂ ਗ੍ਰੰਥ ਦੀ ਟੀਮ ਅੱਜ ਦੇ ਮੇਲੇ ਦੀ ਥਰਡ ਪ੍ਰਾਈਜ਼ ਦੀ ਟੀਮ ਹੈ ਖੇਡੇ ਮੁੰਡੇ ਔਰ ਅੱਜ ਦੇ ਮੇਲੇ ਦੇ ਕਦੇ ਜੇਤੂ ਬੜੇ ਆ ਰਨਰ ਅਪ ਟੀਮ ਹੈ ਦੂਸਰਾ ਪ੍ਰਾਈਜ਼ ਜਿਹੜਾ ਕਦੇ ਦਿੱਤਾ ਜਾ ਰਿਹਾ छोटे बच्चे प्रमोट कर रहे हर मुझली साइड रनर अप टीम है मिट्टी घट लाओ लो जी कले कले बड़े प्लेयर मैडल देके सम्मान प्लेयर मैडल सम्मान किया जा रहा है जोरदार वालों कहते पहला प्राइज दिता गया टूरनामेंट पर 21,000 के संयोग मारो ताड़ी जोरदार यार बेस्ट बाले डिग रही है मारो ताड़िया जोरदार यार बहुत सोहनी है खेल दिखाई मुंडे ने ਪੰਜ ਵਿਕਟਾਂ ਦੇ ਨਾਲ ਜਿਹੜਾ ਬੈਸਟ ਬਾਲਰ ਡਿਗਰੀ ਕਰ ਦਿੱਤਾ ਗਾਲਬ ਕਲਾਂ ਦੇ ਵੱਡੇ ਖੇਡ ਪੈਂਦੇ ਦਾ ਫਤਿਹਗੜ੍ਹ ਕੋਰੋ ਟਾਣਾ ਦਾ 66 ਰਨ ਦੇ ਨਾਲ ਅੱਜ ਦੇ ਮੇਲੇ ਦਾ ਬੈਸਟ ਬੈਟਸਮੈਨ ਡਿਗਰੀ ਕਰ ਦਿੱਤਾ ਜੀ ਮਾਰ ਦੋ ਤਾੜੀਆਂ ਜ਼ੋਰਦਾਰ ਅੱਜ ਦੇ ਮੇਲੇ ਦਾ ਬੈਸਟ ਬੈਟਸਮੈਨ ਸਿਕੰਦਰ ਜੀ ਨੂੰ ਜਿਹਨੂੰ ਖੇਡ ਵਧੀਆ ਲੱਗੀ ਤਾੜੀ ਮਾਰੋ ਭਾਈ ਯਾਰ ਬਹੁਤ ਖੇਡਿਆ ਪਹਿਲੇ ਮੈਚ ਤੋਂ ਲੈ ਕੇ ਰਾਜ ਕਹਿਬਨਾ ਚੌਦਾ ਰੇ ਅੱਜ ਦੇ ਮੈਨ ਆਫ ਦਾ ਸੀਰੀਜ਼ ਜਿਹੜਾ ਡਿਕਲੇਅਰ ਕਰ ਦਿੱਤਾ ਇਹ ਕਹਿੰਦੇ ਸਿਕੰਦਰ ਸਾਹਿਬ ਜੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਕਾਸੀ ਜਿਹੜੇ ਤਲਵੰਡੀ ਮੰਨੀਆਂ ਬੜੇ ਚੇਚੇ ਤੌਰ ਤੇ ਆਏ ਹੋਏ ਆ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਸੋਨੂ ਕਿੱਡਾ ਬੜਾ ਵੀਰ ਹੈ ਸਾਡਾ ਭਰਾ ਹੈ ਸਾਡਾ ਜਿਹੜੇ ਭਰਾ ਵੱਲੋਂ ਫਾਦਰ ਸਾਹਿਬ ਦਾ ਕਹਿੰਦੇ ਸਨਮਾਨ ਕੀਤਾ ਜਾ ਰਿਹਾ ਅੱਗੇ ਬਹੁਤ ਵੱਡਾ ਧੰਨਵਾਦ ਜਿਹੜਾ ਕੀਤਾ ਜਾ ਰਿਹਾ ਬਹੁਤ ਵੱਡਾ ਧੰਨਵਾਦ ਹੈ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਲਾਡੀ ਕਾਂਗਲਾ ਪ੍ਰਸ਼ਨ ਔਰ ਉਹਨਾਂ ਦੇ ਪਰਿਵਾਰ ਦਾ ਫਾਦਰ ਸਾਹਿਬ ਦਾ ਜਿਹੜਾ ਵੱਡਾ ਸਨਮਾਨ ਕੀਤਾ ਜਾ ਰਿਹਾ ਵੱਡਾ ਧੰਨਵਾਦ ਹਰਪ੍ਰੀਤ ਸਿੰਘ ਹੈਪੀ ਆਪਣੇ ਸਮੇਂ ਬਹੁਤ ਤੜੇ ਕਦੇ ਭਾਈ ਸਾਡਾ ਤੇ ਸੁੱਖ ਵਾਲਾ ਵੀਰ ਸਾਡਾ ਉਹਨਾਂ ਨੂੰ ਕਹਿੰਦੇ 4,400 ਸਨਮਾਨ ਕੀਤਾ ਜਾਣਾ ਹੈ ਸਾਡੇ ਵੀਰ ਕਹਿੰਦੇ ਮਣੀ ਦਾ ਇਹ ਸਾਰੀ ਟੀਮ ਦਾ ਸਨਮਾਨ ਕੀਤਾ ਜਾਣਾ ਹੈ ਰਵੇ ਜੀ ਇੱਧਰ ਅਖਤਰ ਦਾ ਸਨਮਾਨ ਆ ਕੇ ਦਿਖਾਤਾ ਜੀ